ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਅੱਜ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨੇ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਉੱਥੇ ਹੀ ਮੁਕੇਰੀਆਂ ਦੀ ਦਾਣਾ ਮੰਡੀ ਵਿੱਚ ਬਾਰਦਾਨਾ ਅਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ। ਵੇਖੋ ਸਾਡੇ ਪੱਤਰਕਾਰ ਜਸਵੀਰ ਸਿੰਘ ਪੁਰੇਵਾਲ ਦੀ ਰਿਪੋਰਟ। ਕੀ ਕੰਮ ਕਰਦੇ ਤੁਸੀਂ? ਮੰਡੀ ਦਾ ਕੰਮ। ਅੱਛਾ, ਅੱਜ ਮੰਡੀ ਦੇ ਵਿੱਚ ਕੀ ਕੰਮ ਬਣਦਾ? ਕੰਮ ਬਣਦਾ ਘੰਟੇ ਦੀ ਦੋ ਚਾਰ ਹਜ਼ਾਰ ਸੀ ਵੀ ਬਣਦਾ। ਕਿਉਂ ਬਰਦਾਨਾ ਨਹੀਂ ਆ ਰਿਹਾ? ਬਰਦਾਨਾ ਕੀ ਵਜ੍ਹਾ ਸੇ ਕੰਮ ਬੰਦ ਹੋ ਰਿਹਾ? ਬਰਦਾਨਾ ਨਹੀਂ ਆ ਰਿਹਾ? ਹਾਂ, ਬਰਦਾਨਾ ਨਹੀਂ ਮਿਲ ਰਿਹਾ, ਕੰਮ ਬੰਦ ਹੈ। ਅੱਛਾ, ਇਸੇ ਫਿਰ ਜ਼ਿਮੀਂਦਾਰ ਵੀ ਪਰੇਸ਼ਾਨ? ਜ਼ਿਮੀਂਦਾਰ ਵੀ ਪਰੇਸ਼ਾਨ, ਮੈਂ ਵੀ ਪਰੇਸ਼ਾਨ, ਵਿਹਲੇ ਬੈਠ ਕੇ ਖਾ ਰਹੇ। ਅਤੇ ਆੜ੍ਹਤੀ ਹੈ ਕਿ ਜ਼ਿਮੀਂਦਾਰ ਲੈ ਕੇ ਨਹੀਂ ਆਉਂਦੇ ਬਰਦਾਨਾ? ਆੜ੍ਹਤੀ ਕੋ ਬਰਦਾਨਾ ਮਿਲ ਨਹੀਂ ਰਿਹਾ, ਪਿੱਛੇ ਬੋਲਤਾ ਬਰਦਾਨਾ ਮਿਲਤਾ ਨਹੀਂ। ਕੀ ਕਹਿਣਾ ਚਾਹੁੰਦੇ? ਚਾਹਤੇ ਬਰਦਾਨਾ ਆਵੇ, ਮੇਰਾ ਕੰਮ ਚਾਲੂ ਹੋਵੇ। ਤੁਸੀਂ ਮੰਡੀ ਦੇ ਵਿੱਚ ਆਏ ਆ? ਹਾਂਜੀ। ਅਤੇ ਇੱਦਾਂ ਹੀ ਢੇਰੀਆਂ ਲੱਗੀਆਂ, ਕੀ ਕਹਿਣਾ ਚਾਹੁੰਦੇ ਸੀ? ਇੱਥੇ ਬਾਰਦਾਨਾ ਹੈ ਨਹੀਂ ਜੀ, ਦੋ ਦਿਨ ਹੋ ਗਏ ਇੱਥੇ ਬੈਠਿਆਂ ਨੂੰ। ਮੀਂਹ ਨਾਲ ਫਸਲ ਵੀ ਖਰਾਬ ਹੋ ਗਈ, ਅਤੇ ਇੱਥੇ ਨਾ ਕੋਈ ਪੁੱਛਦਾ ਹੈ ਨਾ ਕੁਛ ਹੈ ਨਹੀਂ, ਬੰਦਾ ਕੋਈ ਨਹੀਂ ਇੱਥੇ। ਉਹ ਆੜ੍ਹਤੀ ਕੋਲ ਜਾਈਏ, ਉਹ ਕਹਿੰਦਾ ਬਾਰਦਾਨਾ ਨਹੀਂ ਸਰਕਾਰ। ਬਸ ਪਰੇਸ਼ਾਨ ਹੈ। ਕੀ ਕਹਿਣਾ ਚਾਹੁੰਦੇ ਤੁਸੀਂ? ਬਸ ਇਹੀ ਹੈ ਵੀ ਸਰਕਾਰ ਕੁਛ ਇਹਦੇ ਬਾਰੇ ਸੋਚੇ, ਕੁਛ ਬਾਰਦਾਨਾ ਪ੍ਰੋਵਾਈਡ ਕਰਾਏ ਕਿਸਾਨਾਂ ਨੂੰ, ਸਮੱਸਿਆ ਦਾ ਹੱਲ ਕਰੇ। ਦੋ ਦੋ ਤਿੰਨ ਦਿਨ ਹੋ ਗਏ ਇੱਥੇ ਰਾਤਾਂ ਨੂੰ ਸੁਣਦੇ ਆ, ਮੱਛਰਾਂ ਨਾਲ ਕੱਟਦੇ ਆ। ਜਿੱਥੇ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਆ ਵੀ ਜਿਹੜਾ ਕਿਸਾਨਾਂ ਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਆਉਂਦਾ ਮੰਗੇ, ਨਹੀਂ ਜੀ ਕੋਈ ਪੁੱਛਦਾ ਹੀ ਨਹੀਂ ਇੱਥੇ, ਨਾ ਕੋਈ ਇੱਥੇ ਆਉਣ ਵਾਲਾ ਹੈ, ਨਾ ਪੁੱਛਣ ਵਾਲਾ ਹੈ, ਨਾ ਇੱਥੇ ਕੋਈ ਬੰਦਾ ਹੈ। ਤੁਸੀਂ ਬੋਲਣਾ ਕਿਹਦੇ ਨਾਲ ਬੋਲੋਗੇ, ਕਿਹਦੇ ਨਾਲ ਕੰਪਲੇਂਟ ਕਰੋਗੇ? ਪਰੇਸ਼ਾਨ ਹੈ ਬੰਦੇ, ਹੁਣ ਕੀ ਕਰੀਏ? ਦੋ ਦੋ ਦਿਨ ਹੋ ਗਏ ਸੁੱਤਿਆਂ ਨੂੰ। ਕੀ ਆਪਣੀ ਮੰਗ? ਬਸ ਇਹੀ ਹੈ ਜੀ, ਸਾਡਾ ਸਮੱਸਿਆ ਦਾ ਹੱਲ ਕਰੇ। ਮੀਂਹ ਨਾਲ ਫਸਲ ਖਰਾਬ ਹੋ ਗਈ ਸਾਡੀ, 6 ਮਹੀਨੇ ਫਸਲ ਪਾਲੀ, ਕੀ ਫਾਇਦਾ ਹੋਇਆ? ਸਾਡੀ ਮੰਗ ਇਹ ਹੈ ਵੀ ਸਾਡਾ ਫਸਲ ਚੱਕੀ ਜਾਏ ਅਤੇ ਬਾਰਦਾਨਾ ਪ੍ਰੋਵਾਈਡ ਕਰਾਇਆ ਜਾਏ ਇਹਨਾਂ ਨੂੰ, ਆੜ੍ਹਤੀਆਂ ਨੂੰ। ਕੀ ਕਹਿਣਾ ਚਾਹੁੰਦੇ ਜਿਹੜੇ ਇੱਥੇ, ਕਿਉਂਕਿ ਧੱਕੀਆਂ ਪਈਆਂ ਬਾਰਿਸ਼ ਨੂੰ ਲੈ? ਦੇਖੋ, ਮੈਂ ਤਾਂ ਇਹ ਕਹਾਂਗਾ ਕਿ ਜ਼ਿਮੀਂਦਾਰਾਂ ਦਾ ਰੱਬ ਹੀ ਰੱਖਾ ਹੈ। ਇਹ ਪੁੱਤਾਂ ਵਾਂਗੂ ਪਾਲੀ ਫਸਲ ਜਿਹੜੀ ਮੰਡੀ 'ਚ ਜ਼ਿਮੀਂਦਾਰ ਲੈ ਕੇ ਆਏ ਨੇ, ਅਤੇ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਬਾਰਿਸ਼ ਪੈ ਰਹੀ ਹੈ, ਦੂਜਾ ਇੱਥੇ ਕੋਈ ਪ੍ਰਬੰਧ ਨਹੀਂ, ਨਾ ਤਾਂ ਇੱਥੇ ਬਾਰਦਾਨਾ, ਨਾ ਲਿਫਟਿੰਗ ਹੋ ਰਹੀ ਹੈ। ਸਰਕਾਰ ਆੜ੍ਹਤੀਆਂ ਨੂੰ ਕਹਿ ਰਹੀ ਹੈ ਤੁਸੀਂ ਆਪਣਾ ਪੁਰਾਣਾ ਬਾਰਦਾਨਾ ਖਰੀਦ ਲਓ। ਆੜ੍ਹਤੀ ਪੁਰਾਣਾ ਬਾਰਦਾਨਾ ਦੇ 40-45 ਰੁਪਏ ਦਾ ਬੋਰਾ ਖਰੀਦਦੇ ਨੇ, ਉਹਨੂੰ ਪੈਸੇ ਪੇਮੈਂਟ ਕੌਣ ਦਊਗਾ? ਇਸ ਚੀਜ਼ ਦਾ ਕੌਣ ਜ਼ਿੰਮੇਵਾਰ ਹੈ ਕਿ ਉਹਨੂੰ ਪੇਮੈਂਟ ਪ੍ਰੋਪਰ ਹੋ ਜਾਊਗੀ? ਉਹਨਾਂ ਕੋਲ GST ਨੰਬਰ ਨਹੀਂ ਹੈਗੀ, ਕੱਲ੍ਹ ਨੂੰ ਸਰਕਾਰ ਨੂੰ ਕੋਈ ਬਾਰਦਾਨਾ ਦੇ ਬਿੱਲ ਮੰਗਣੇ ਨੇ। ਸੋ ਇਹਨਾਂ ਇੰਨੀਆਂ ਪ੍ਰੋਬਲਮ ਨੂੰ ਵਧਾਉਣ ਦੇ ਕਾਰਨ ਇਹ ਬਾਰਦਾਨਾ ਵੀ ਨਹੀਂ ਹੈਗਾ। ਜੇ ਸਰਕਾਰ ਕੋਲ ਬਾਰਦਾਨਾ ਪੁਰਾਣਾ ਹੈਗਾ, ਸਰਕਾਰ ਆਪਣੇ ਪੈਸੇ ਦਾ ਬਾਰਦਾਨਾ ਲੈ ਕੇ ਕਾੜਤੀ ਨੂੰ ਦੇਵੇ ਤਾਂ ਕਿ ਉਹ ਬੋਰੀਆਂ ਭਰ ਸਕਣ। ਮੈਂ ਦੇਖ ਰਿਹਾ ਸੀ ਇੱਥੇ ਕਈਆਂ ਨੇ ਖਾਦ ਦੇ ਬੋਰਿਆਂ 'ਚ ਕਣਕ ਪਾਈ ਹੋਈ ਹੈ। ਸੋ ਇਹ ਪੂਰੀ ਦੀ ਪੂਰਾ ਸਿਸਟਮ ਇਹ ਫੇਲ ਹੋ ਚੁੱਕਿਆ। ਸਾਡੇ ਮਿਨਿਸਟਰ ਜੀ ਕੱਲ੍ਹ ਆਸ਼ੂ ਜੀ ਕਹਿ ਰਹੇ ਸੀ TV 'ਤੇ, ਤੁਸੀਂ ਸੁਣਿਆ ਹੋਵੇਗਾ, ਕਿ ਕਿਤੇ ਕੋਈ ਪ੍ਰੋਬਲਮ ਨਹੀਂ ਹੈ, ਸਾਰੀ ਲਿਫਟਿੰਗ ਹੋ ਰਹੀ ਹੈ, ਸਾਰੀਆਂ ਮੰਡੀਆਂ 'ਚ ਬਾਰਦਾਨਾ ਆ। ਸਾਡੇ ਅੱਜ ਪੂਰੇ ਪੰਜਾਬ ਵਿੱਚ ਸਾਡੇ ਲੀਡਰ ਸਾਹਿਬਾਨ ਮੰਡੀਆਂ ਜਾ ਰਹੇ ਨੇ ਔਰ ਉਹਦਾ ਇਹ ਜਵਾਬ ਦੇ ਰਹੇ ਨੇ ਕਿ ਤੂੰ ਕਹਿ ਰਿਹਾ ਹੈ ਕਿ ਕੋਈ ਪ੍ਰੋਬਲਮ ਨਹੀਂ, ਇੱਥੇ ਪ੍ਰੋਬਲਮ ਹੀ ਪ੍ਰੋਬਲਮ ਨੇ। ਜ਼ਿਮੀਂਦਾਰ ਵਿਚਾਰੇ ਤੜਪ ਰਹੇ ਨੇ, ਦੇਖੋ ਦਾਣੇ ਭੇਜ ਰਹੇ ਨੇ, ਜਿਹੜੀ ਲਿਫ ਭਰੀ ਪਈਆਂ ਬੋਰੀਆਂ ਉਹ ਚੱਕੀਆਂ ਨਹੀਂ ਜਾ ਰਹੀਆਂ। ਇਹ ਸਰਕਾਰ ਨੂੰ ਚਾਹੀਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਏ। ਮੈਨੂੰ ਲੱਗਦਾ ਕਿਤੇ ਨਾ ਕਿਤੇ ਕੈਪਟਨ ਸਰਕਾਰ ਅਤੇ ਮੋਦੀ ਸਰਕਾਰ ਰਲ ਕੇ ਕਿਸਾਨਾਂ ਨੂੰ ਤੰਗ ਕਰਨ ਦੇ ਤੁਲੀ ਹੋਈ ਹੈ। ਜਿਹੜਾ ਅੰਦੋਲਨ ਕਿਸਾਨਾਂ ਨੇ ਸ਼ੁਰੂ ਕੀਤਾ ਹੋਇਆ ਉਹਨੂੰ ਮੱਦੇਨਜ਼ਰ ਰੱਖ ਕੇ ਕਿਸਾਨਾਂ ਨੂੰ ਅਤੇ ਸਾਡੇ ਸਾਰੇ ਭਰਾਵਾਂ ਨੂੰ ਤੰਗ ਕੀਤਾ ਜਾ ਰਿਹਾ। ਠੀਕ ਹੈ, ਅਤੇ ਕੀ ਕਹਿਣਾ ਚਾਹੁੰਦੇ, ਆਪਣੀ ਕੀ ਮੰਗ? ਮੰਗ ਬੜੀ ਸਿੰਪਲ ਹੈ, ਬੜੀ ਛੋਟੀ ਜਿਹੀ ਮੰਗ ਹੈ। ਸਾਡੀ ਲਿਫਟਿੰਗ ਪ੍ਰੋਪਰ ਹੋਵੇ, ਸਾਡੇ ਬਾਰਦਾਨਾ ਪ੍ਰੋਪਰ ਹੋਵੇ। ਜੇ ਮੀਂਹ ਕਣੀ ਆ ਜਾਂਦੀ ਸਾਡੇ ਕੋਲ, ਸਰਕਾਰ ਜੇ ਵੱਡੇ ਵੱਡੇ ਗੋਦਾਮ ਨਹੀਂ ਬਣਾ ਸਕਦੀ, ਕਮ ਸੇ ਕਮ ਤਰਪਾਲਾਂ ਦਾ ਪ੍ਰਬੰਧ ਤਾਂ ਕਰ ਸਕਦੀ ਹੈ। ਹਰ ਆੜ੍ਹਤੀ ਕੋਲ 20-25 ਤਰਪਾਲਾਂ ਪਈਆਂ ਹੋਣ ਤਾਂ ਕਿ ਜ਼ਿਮੀਂਦਾਰ ਦੀ ਜਿਹੜੀ ਫਸਲ ਆਉਂਦੀ ਹੈ, ਜੇ ਕਦੀ ਰੱਬ ਵੱਲੋਂ ਇੱਦਾਂ ਮੀਂਹ ਕਣੀ ਆ ਜਾਂਦੀ ਤਾਂ ਉਸ ਢੱਕੀ ਜਾ ਸਕੇ। ਸੋ ਤੁਸੀਂ ਮੰਡੀ 'ਚ ਆਪ ਤੁਰ ਫਿਰ ਕੇ ਦੇਖ ਲਓ, ਕਿਤੇ ਲਿਫਟਿੰਗ ਨਹੀਂ ਹੋਈ, ਦਾਣੇ ਲੋਕਾਂ ਦੇ ਓਂ ਪਏ ਆ, ਬਾਰਦਾਨਾ ਹੈ ਨਹੀਂ। ਕੌਣ ਤੋਲੂਗਾ, ਕੌਣ ਜ਼ਿੰਮੇਵਾਰ ਇਸ ਦਾ? ਸਿਰਫ ਅਤੇ ਸਿਰਫ ਸਰਕਾਰ, ਮੌਕੇ ਦੀ ਸਰਕਾਰ ਜ਼ਿੰਮੇਵਾਰ ਹੈ। ਕੀ ਨਾਮ ਆਪਣਾ ਜੀ? ਸਤਨਾਮ ਸਿੰਘ। ਹਾਂਜੀ, ਕੀ ਆਪਣਾ ਹੈਗਾ? ਮੈਂ ਆੜ੍ਹਤੀ ਮਨਸੂਰਪੁਰ ਦਾ। ਤੁਸੀਂ ਦੇਖਿਆ ਵੀ ਇੱਥੇ ਕੀ ਕਹਿੰਦੇ ਬਾਰਦਾਨਾ ਨਹੀਂ ਆਉਂਦਾ ਅਤੇ ਬੋਰੀਆਂ ਉਹਦੀ ਢੱਕੀਆਂ ਪਈਆਂ ਬਾਰਿਸ਼ ਕਰਕੇ, ਕੀ ਕਹਿੰਦੇ ਕਾਣੇ ਦਾਣੇ ਗਿੱਲੇ ਨਹੀਂ ਹੁੰਦੇ? ਅਸਲ ਪ੍ਰੈਕਟੀਕਲ ਕੰਮ ਹੈ ਨਾ, ਸਾਡੇ ਕੋਲ ਤਕਰੀਬਨ 8 ਆੜ੍ਹਤੀ ਹੈ ਜੀ, ਅਤੇ ਸਾਰਿਆਂ ਕੋਲ 20-20 ਬੰਦੇ ਨੇ। ਇਟ ਮੀਨਸ ਸਾਡੇ ਕੋਲ 150 ਲੇਬਰ ਦਾ ਬੰਦਾ,
ਤੇ ਜੇ ਤੁਸੀਂ ਆਲੂ ਚੌਲ ਹੀ ਖਾਓ ਨਾ ਇਕੱਲੇ ਤਾਂ 100 ਰੁਪਇਆ ਖਰਚਾ ਡੇਲੀ ਦਾ ਇੱਕ ਬੰਦੇ ਦਾ। ਉਹਨਾਂ ਦੀ ਲੇਬਰ ਦੀ ਗੱਲ ਕਰਨੀ ਜਿਹੜੀ ਗਰੀਬੀ ਦੇ ਰੇਖਾ ਥੱਲੇ ਰਹਿ ਰਹੇ ਨੇ, ਉਹਨਾਂ ਦੀ ਰੋਟੀ ਨਹੀਂ ਪੂਰੀ ਹੋ ਰਹੀ। ਅਸੀਂ 24 ਘੰਟੇ ਹਰ ਔਰਤ ਪਰੇਸ਼ਾਨ ਜੀ, ਜੇ ਕੋਈ ਕਵੇ ਨਹੀਂ ਹੈ ਪਰੇਸ਼ਾਨ, ਹਰ ਪਾਸੇ ਪਰੇਸ਼ਾਨ ਜੀ। ਪੇਮੈਂਟ ਦੀ ਖਾਧੀ ਪੇਮੈਂਟ ਸਰਕਾਰ ਦੇ ਰਹੀ ਹੈ, ਜਿਸ ਤਰ੍ਹਾਂ ਸਿੱਧੀ ਦੇ ਰਹੀ ਪੇਮੈਂਟ, ਸਾਨੂੰ ਕੋਈ ਇਤਰਾਜ਼ ਨਹੀਂ ਦੇਵੇ। ਪਰ ਜਿਹੜੀ ਸਮੱਸਿਆ ਮੇਨ ਹੈ, ਅੱਜ ਤੱਕ ਕੋਈ ਉਪਰਾਲਾ ਸਰਕਾਰ ਵੱਲੋਂ ਕੀਤਾ ਨਹੀਂ ਗਿਆ ਜੀ, ਨਾ ਕਰਨਾ ਬਾਰਦਾਨਾ ਤਾਂ ਬਿਲਕੁਲ ਆ ਨਹੀਂ ਰਿਹਾ ਜੀ। ਸਾਨੂੰ ਹਫ਼ਤੇ ਬਾਅਦ 500 ਬੋਰ ਦਿੱਤੀ ਜਾਂਦੀ ਹੈ, ਇਹ ਲੈ ਲਓ 500 ਬੋਰ ਭਰ ਲਓ। ਸਾਡੇ ਢੇਰੀਆਂ ਦੇ ਅਮਾਰ ਲੱਗੇ ਨੇ, ਟਰੈਕਟਰ ਜਿਹੜਾ ਜਾ ਰਿਹਾ ਕੋਈ ਮਾਲ ਨਹੀਂ ਉਤਰ ਰਿਹਾ ਸਾਡਾ। ਹਰ ਪਾਸਿਓਂ ਹਰ ਬੰਦਾ ਪਰੇਸ਼ਾਨ ਹੈ, ਸਾਡੀ ਲੇਬਰ ਵੀ ਪਰੇਸ਼ਾਨ ਹੈ ਤੇ ਆੜ੍ਹਤੀ ਵੀ ਪਰੇਸ਼ਾਨ ਹੈ। ਤੇ ਤੁਸੀਂ ਆਪਣੀ ਸਰਕਾਰ ਦਾ ਕੋਈ ਬੰਦੋਬਸਤ ਨਹੀਂ ਕੀਤਾ, ਤੁਸੀਂ ਆਪਣੇ ਅਫਸਰਾਂ ਨਾਲ ਗੱਲ ਨਹੀਂ ਕੀਤੀ? ਸਾਰਿਆਂ ਨੇ ਕਰਨੇ ਜੀ, ਕੀ ਕਹਿਣਾ ਉਹਨਾਂ ਦਾ? ਸਾਰਿਆਂ ਨੇ ਕਰਨੇ, ਕੋਈ ਅਸਰ ਨਹੀਂ ਕਿਸੇ ਨੂੰ ਜੀ। ਹਾਂਜੀ, ਕੀ ਕਹਿਣਾ ਉਹਨਾਂ ਦਾ ਜੀ? ਉਹਨਾਂ ਦੇ ਕਹਿਣੇ ਬਸ ਹੋ ਰਿਹਾ ਜੀ, ਭੇਜ ਰਹੇ ਹਾਂ ਜੀ। ਗੜ੍ਹ ਸ਼ਗੜ ਪਹੁੰਚ ਗਿਆ, ਚੰਡੀਗੜ੍ਹ ਦੇ ਟਰੱਕ ਚੱਲ ਪਿਆ, ਤੁਹਾਨੂੰ ਸ਼ਾਮ ਤੱਕ ਆ ਜਾਣਾ। ਹਾਂਜੀ, ਸਾਡੇ ਇਸ ਤਰ੍ਹਾਂ ਹੀ ਭਜਟੇਰੇ ਮੰਡੀ ਹੈ, ਉੱਥੇ ਬੰਦੋਬਸਤ ਕੋਈ ਨਹੀਂ। ਤਕਰੀਬਨ ਹੀ ਮੈਂ ਦੇਖਿਆ ਮੁਕੇਰੀਆਂ ਬੈਲਟ 'ਚ ਕਿਤੇ ਬੰਦੋਬਸਤ ਆਏ ਨਹੀਂ। ਹਾਂਜੀ, ਕੀ ਕਹਿਣਾ ਚਾਹੁੰਦੇ ਆਪਣੀ ਕੀ? ਕਹਿਣਾ ਕਿ ਇਹ ਤਾਂ 24 ਘੰਟੇ ਪਰੇਸ਼ਾਨ ਆ, ਨਾ ਸਾਨੂੰ ਘਰ ਦੀ ਰੋਟੀ ਦਿੰਦੇ ਖਾਣ ਨੂੰ, ਚਾਹੀ ਚੱਜ ਨਾ ਗੱਲ ਹੈ। ਬਾਹਰ ਦਾ ਬੰਦੋਬਸਤ ਕੋਈ ਨਹੀਂ, ਕਿਸੇ ਕਿਸਮ ਦਾ ਬੰਦੋਬਸਤ ਕੋਈ ਨਹੀਂ ਜੀ। ਹਾਂਜੀ, ਕੀ ਕਹਿਣਾ, ਕੀ ਮੰਗ ਕੀ ਆਪਣੀ? ਮੰਗੇ ਬਾਰਦਾਨਾ ਪਹੁੰਚਾਓ ਸਾਨੂੰ, ਪਹੁੰਚਾਉਣ ਕੀਤਾ ਜਾਵੇ, ਅਸੀਂ ਮਾਲ ਭਰੀਏ। ਆਹ ਦੇਖੋ ਕਿੰਨੇ ਜ਼ਿਮੀਂਦਾਰ ਨੇ ਜੀ, ਹਰ ਆੜ੍ਹਤੀ ਕੋਲ 10-10, 15-15 ਢੇਰੀਆਂ ਨੇ। ਇਟ ਮੀਨਸ ਕਿੰਨੀਆਂ ਕਿੰਨੀਆਂ ਢੇਰੀਆਂ ਪਈਆਂ, ਬਾਹਰ ਲੱਗੇ ਨੇ, ਤੁਹਾਡੇ ਸਾਹਮਣੇ ਦੇਖ ਰਹੇ ਹੋ ਤੁਸੀਂ। ਅਸੀਂ 24 ਘੰਟੇ ਪਰੇਸ਼ਾਨ ਰਹਿੰਦੇ ਹਾਂ, ਸਾਡੀ ਪਰੇਸ਼ਾਨੀ ਦੂਰ ਕੀਤੀ ਜਾਵੇ, ਬਾਰਦਾਨ ਦਾ ਬੰਦੋਬਸਤ ਕੀਤਾ ਜਾਵੇ, ਸਾਡੀ ਲੋਡਿੰਗ ਜਿਹੜੀ ਹੈ ਸੁਚਾਰੂ ਬਣਾਈ ਜਾਵੇ। ਧੰਨਵਾਦ।